ਕਹਿੰਦੇ ਹਨ ਕਿ ਜੇਕਰ ਇਨਸਾਨ ਪੱਕਾ ਨਿਸ਼ਚਾ ਕਰ ਲਵੇ ਤਾਂ ਕੁਝ ਵੀ ਨਾਮੁਮਕਿਨ ਨਹੀਂ ਹੁੰਦਾ ਅਤੇ ਇਸ ਨੂੰ ਸੱਚ ਕਰ ਵਿਖਾਇਆ ਕੋਟਕਪੁਰਾ ਦੇ ਸਰਕਾਰੀ ਅਧਿਆਪਕ ਪਰਮਿੰਦਰ ਸਿੰਘ ਨੇ ਉਸਨੇ ਹਾਲ ਹੀ ਦੇ ਵਿੱਚ ਲਗਾਤਾਰ ਸਾਈਕਲ ਚਲਾਉਣ ਦੇ ਮਾਮਲੇ ਵਿੱਚ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ ਹੈ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਸਨੂੰ ਆਪਣੀ ਇਸ ਅਚੀਵਮੈਂਟ ਤੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਸਭ ਨੂੰ ਆਪਣੇ ਸਰੀਰ ਦੀ ਤੰਦਰੁਸਤੀ ਲਈ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ ਹੈ ਗੱਲਬਾਤ ਕਰਦਿਆਂ ਪਰਮਿੰਦਰ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਅਧਿਆਪਕ ਹੈ ਅਤੇ ਪਹਿਲਾਂ ਉਹ ਐਥਲੀਟ ਸੀ ਜਿਸ ਲਈ ਰੋਜ਼ਾਨਾ ਪ੍ਰੈਕਟਿਸ ਲਈ ਕੋਟਕਪੁਰਾ ਦੇ ਸਟੇਡੀਅਮ ਵਿੱਚ ਜਾਂਦਾ ਰਹਿੰਦਾ ਸੀ ਜਿੱਥੇ ਟਰੈਕ ਜ਼ਿਆਦਾ ਸਖ਼ਤ ਹੋਣ ਕਾਰਨ ਉਸਨੂੰ ਗੋਡਿਆਂ ਅਤੇ ਸ਼ੈਨ ਪੇਨ ਦੀ ਸਮੱਸਿਆ ਆਈ ਜਿਸ ਕਾਰਨ ਉਸਨੂੰ ਸਾਈਕਲ ਚਲਾਉਣ ਦੀ ਸਲਾਹ ਦਿੱਤੀ ਗਈ ਅਸੀਂ ਤਕਰੀਬਨ 3 ਸਾਲ ਪਹਿਲਾਂ ਅਸੀਂ ਸਾਈਕਲਿੰਗ ਸ਼ੁਰੂ ਕੀਤੀ ਸੀਗੀ ਪਿਛਲੇ ਸਾਲ ਸਤੰਬਰ 2020 ਦੇ ਵਿੱਚ ਵਰਲਡ ਦਾ ਕੰਪਟੀਸ਼ਨ ਹੋਇਆ ਜੋ ਸਟਰਾਵਾ 'ਤੇ ਸੀ ਉਸ ਵਿੱਚ ਮੈਂ ਤਕਰੀਬਨ 1 ਮਹੀਨੇ ਵਿੱਚ 8,018 ਕਿਲੋਮੀਟਰ ਸਾਈਕਲ ਚਲਾ ਕੇ ਜਿਸ ਵਿੱਚ ਤਕਰੀਬਨ ਸਾਰੇ ਸੰਸਾਰ ਦੇ 25 ਲੱਖ ਦੇ ਕਰੀਬ ਸਾਈਕਲਿਸਟ ਸੀ ਉਸ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਹੁਣ ਲੇਟੈਸਟ ਹੀ ਜੋ ਹੈ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਮੇਰਾ ਨਾਮ ਦਰਜ ਹੋਇਆ ਜਿਸ ਵਿੱਚ ਮੈਂ 127 ਦਿਨ ਲਗਾਤਾਰ ਸਾਈਕਲ ਚਲਾਇਆ ਸੀ ਜਿਸ ਵਿੱਚ 30,708 ਕਿਲੋਮੀਟਰ ਜਿਸ ਦਾ ਅਪਰੋਕਸੀਮੇਟਲੀ 244 ਕਿਲੋਮੀਟਰ ਪਰ ਡੇ ਦਾ ਸਾਈਕਲਿੰਗ ਬਣਦੀ ਹੈ ਇਸ ਕਰਕੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਮੇਰਾ ਨਾਮ ਦਰਜ ਹੋਇਆ ਹੈ ਇਸ ਤੋਂ ਪਹਿਲਾਂ ਕਿਹੜੀਆਂ ਕਿਹੜੀਆਂ ਅਚੀਵਮੈਂਟ ਕਰ ਚੁੱਕੇ ਇਸ ਤੋਂ ਪਹਿਲਾਂ ਜਿਸ ਤੁਹਾਨੂੰ ਦੱਸਿਆ ਵੀ ਵਰਲਡ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਇੰਡੀਆ ਦੇ ਵਿੱਚੋਂ ਤਕਰੀਬਨ 4 ਵਾਰ ਮੈਂ ਪਹਿਲਾ ਸਥਾਨ ਪ੍ਰਾਪਤ ਕਰ ਚੁੱਕਾ ਹੈ ਇੰਡੀਆ ਲੈਵਲ ਦੇ ਜੋ ਕਲੱਬਸ ਕੰਪੀਟੀਸ਼ਨ ਕਰਵਾਉਂਦੀ ਹੈ ਉਹਨਾਂ ਦੇ ਵਿੱਚੋਂ ਮੈਂ ਕਈ ਮੁਕਾਬਲਿਆਂ ਦੇ ਵਿੱਚੋਂ ਜਿਹੜਾ ਪਹਿਲਾ ਸਥਾਨ ਜਾਂ ਦੂਜਾ ਸਥਾਨ ਪ੍ਰਾਪਤ ਕੀ ਮਕਸਦ ਲੈ ਕੇ ਚੱਲੇ ਹੋ ਤੁਸੀਂ ਵਾਹ ਮਕਸਦ ਤਾਂ ਮੇਨ ਤਾਂ ਇਹੀ ਸੀਗੀ ਵੀ ਫਿਟਨੈਸ ਵਾਸਤੇ ਵੀ ਸਭ ਨੂੰ ਚਾਹੀਦਾ ਵੀ ਆਪਣਾ ਜਿਹੜਾ ਸਰੀਰ ਤੰਦਰੁਸਤ ਹੋਊਗਾ ਤਾਂ ਹੀ ਆਪਾਂ ਨੂੰ ਜੋ ਵੀ ਆ ਸਭ ਕੁਛ ਚੰਗਾ ਲੱਗਦਾ ਜੇ ਸਰੀਰ ਆਪਣਾ ਤੰਦਰੁਸਤ ਨਹੀਂ ਹੋਊਗਾ ਤਾਂ ਆਪਾਂ ਨੂੰ ਕੁਛ ਵੀ ਚੰਗਾ ਨਹੀਂ ਲੱਗਦਾ ਕਿੰਨੇ ਸ਼ੌਂਕ ਤੁਹਾਨੂੰ ਕਿਵੇਂ ਪਿਆ ਇਸ ਚੀਜ਼ ਦਾ ਸ਼ੌਂਕ ਦਰਅਸਲ ਪਹਿਲਾਂ ਮੈਂ ਅਥਲੀਟ ਸੀਗਾ ਜੀ ਉਸ ਵਿੱਚ ਵੀ ਮੈਂ ਤਕਰੀਬਨ ਇੰਟਰਨੈਸ਼ਨਲ ਲੈਵਲ 'ਤੇ ਗੋਲਡ ਮੈਡਲ ਜਿੱਤ ਚੁੱਕਾ ਹੈ ਆਪਣਾ ਕੋਟਕਪੁਰਾ ਦਾ ਜੋ ਟਰੈਕ ਹੈ ਉਹ ਥੋੜ੍ਹਾ ਬਹੁਤ ਜ਼ਿਆਦਾ ਹਾਰਡ ਹੋਣ ਕਰਕੇ ਗੋਡਿਆਂ ਦੀ ਪ੍ਰੋਬਲਮ ਆ ਰਹੀ ਸੀ ਸ਼ਿਨ ਪੇਨ ਦੀ ਪ੍ਰੋਬਲਮ ਆ ਰਹੀ ਸੀਗੀ ਅਤੇ ਉਸ ਤੋਂ ਨਿਜਾਤ ਪਾਉਣ ਵਾਸਤੇ ਅਸੀਂ ਤਕਰੀਬਨ 10 ਕਿਲੋਮੀਟਰ ਸਾਈਕਲਿੰਗ ਸ਼ੁਰੂ ਕੀਤੀ ਸੀਗੀ ਹਾਂਜੀ 10 ਕਿਲੋਮੀਟਰ ਸਾਈਕਲਿੰਗ ਸ਼ੁਰੂ ਕੀਤੀ ਫਿਰ 10 ਤੋਂ ਅਸੀਂ ਹੌਲੀ ਹੌਲੀ 20 ਕਿਲੋਮੀਟਰ ਸ਼ੁਰੂ ਕੀਤੀ ਜਿਸ ਤਰ੍ਹਾਂ ਹਫ਼ਤੇ 'ਚ 1 ਦਿਨ ਜਾਂਦੇ ਸੀ ਫਿਰ ਹਫ਼ਤੇ 'ਚ 2 ਦਿਨ ਸ਼ੁਰੂ ਕੀਤੀ ਫਿਰ ਉਸ ਤੋਂ ਬਾਅਦ ਬਠਿੰਡਾ ਸਾਈਕਲਿੰਗ ਗਰੁੱਪ ਆ ਉਹਨਾਂ ਨੇ ਇੱਕ ਕੰਪੀਟੀਸ਼ਨ ਦਿੱਤਾ ਜਿਸ ਵਿੱਚ ਅਸੀਂ ਲਗਾਤਾਰ 30 ਦਿਨ ਸਾਈਕਲ ਚਲਾਇਆ ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਸਾਈਕਲਿੰਗ ਦੇ ਖੇਤਰ ਦੇ ਵਿੱਚ ਆਉਂਦੇ ਗਏ ਅਤੇ ਸਾਈਕਲਿੰਗ ਦਾ ਜਿਹੜਾ 50 ਤੋਂ 100 ਕਿਲੋਮੀਟਰ 100 ਤੋਂ 200 400 ਕਿਲੋਮੀਟਰ 600 ਕਿਲੋਮੀਟਰ ਇਸ ਤਰ੍ਹਾਂ ਸਾਈਕਲਿੰਗ ਅਸੀਂ ਕਰਨ ਲੱਗੇ ਹੋਰ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਹਾਂ ਹੋਰ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਜਿਸ ਤਰ੍ਹਾਂ ਪੈਟਰੋਲ ਦੀ ਕੀਮਤ ਦਿਨੋਂ ਦਿਨ ਵੱਧ ਰਹੀ ਹੈ ਇਸ ਨਾਲ ਪੋਲਿਊਸ਼ਨ ਵੀ ਬਹੁਤ ਜ਼ਿਆਦਾ ਹੁੰਦਾ ਅਤੇ ਸਭ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਉਹ ਵੱਧ ਤੋਂ ਵੱਧ ਸਾਈਕਲ ਚਲਾਉਣ ਅਤੇ ਤੰਦਰੁਸਤ ਰਹਿਣ